ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਪੁਲਿਸ ਵਾਲੇ ਦੀ ਗੱਡੀ ਤੇ ਦੋ ਗੋਲੀਆਂ ਵੱਜੀਆਂ ਨੇ। ਜੀ ਹਾਂ, ਪੁਲਿਸ ਵਾਲਾ ਸਬਜ਼ੀ ਖਰੀਦ ਰਿਹਾ ਹੁੰਦਾ ਏ, ਨਾਲ ਹੀ ਉਸਦੀ ਗੱਡੀ ਪਾਰਕ ਹੁੰਦੀ ਹੈ ਸੜਕ ਵਿਚਕਾਰ, ਤੇ ਅਚਾਨਕ ਹੀ ਉਸਦੀ ਕਾਰ ਦੇ ਉੱਤੇ ਦੋ ਗੋਲੀਆਂ ਵੱਜਦੀਆਂ ਨੇ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਜੇਕਰ ਇਹ ਪੁਲਿਸ ਵਾਲਾ ਗੱਡੀ ਦੇ ਅੰਦਰ ਬੈਠਾ ਹੁੰਦਾ ਤੇ ਗੋਲੀ ਇਸ ਦੇ ਵੀ ਵੱਜ ਸਕਦੀ ਸੀ, ਜਾਂ ਫਿਰ ਇਸ ਦੀ ਗੱਡੀ ਦੇ ਵਿੱਚ ਕੋਈ ਇਸ ਦਾ ਪਰਿਵਾਰਕ ਮੈਂਬਰ ਜਾਂ ਜਾਣ ਪਛਾਣ ਵਾਲਾ ਬੰਦਾ ਬੈਠਾ ਹੁੰਦਾ ਤੇ ਉਹ ਵੀ ਉਸ ਗੋਲੀਆਂ ਦੇ ਨਾਲ ਜ਼ਖਮੀ ਹੋ ਸਕਦਾ ਸੀ। ਤਾਂ ਦੋ ਗੋਲੀਆਂ ਵੱਜੀਆਂ ਨੇ ਪੁਲਿਸ ਦੀ ਗੱਡੀ ਤੇ। ਹਾਲ ਦੇਖ ਲਓ ਕੀ ਹੋ ਰਿਹਾ ਏ, ਨੌਜਵਾਨ ਬਦਮਾਸ਼ਾਂ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਿਹਾ, ਸ਼ਰੇਆਮ ਬਾਜ਼ਾਰ ਦੇ ਵਿੱਚ ਗੋਲੀਆਂ ਚਲਾਈ ਜਾ ਰਹੇ ਨੇ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਦਾ ਇਹ ਘਟਨਾ ਦੱਸਿਆ ਜਾ ਰਿਹਾ ਏ, ਜਿੱਥੇ ਦੋ ਗੁੱਟਾਂ ਦੀ ਆਪਸ ਦੇ ਵਿੱਚ ਝੜਪ ਹੁੰਦੀ ਹੈ, ਜਿਸ ਮੌਕੇ ਗੋਲੀਆਂ ਚੱਲ ਜਾਂਦੀਆਂ ਨੇ ਤੇ ਸਿੱਧੀਆਂ ਗੋਲੀਆਂ ਆ ਕੇ ਅੰਮ੍ਰਿਤਸਰ ਦੇ ਪੁਲਿਸ ਵਾਲੇ ਤੇ ਵੱਜਦੀਆਂ ਨੇ, ਪੁਲਿਸ ਵਾਲੇ ਦੀ ਗੱਡੀ ਤੇ ਵੱਜਦੀਆਂ ਨੇ। ਪੁਲਿਸ ਵਾਲਾ ਨੇੜੇ ਹੀ ਖੜ ਕੇ ਸਬਜ਼ੀ ਖਰੀਦ ਰਿਹਾ ਹੁੰਦਾ ਏ, ਡਿਊਟੀ ਖਤਮ ਕਰਕੇ ਆਪਣੇ ਘਰ ਜਾ ਰਿਹਾ ਸੀ, ਰਾਹ ਦੇ ਵਿੱਚ ਰੇੜੀ ਤੋਂ ਸਬਜ਼ੀ ਖਰੀਦ ਰਿਹਾ ਹੁੰਦਾ ਹੈ, ਤਾਂ ਸਿੱਧਾ ਗੋਲੀਆਂ ਆ ਕੇ ਉਸਦੀ ਗੱਡੀ 'ਤੇ ਵੱਜਦੀਆਂ ਨੇ। ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਘਰ ਜਾ ਰਿਹਾ ਸੀ, ਸੜਕ 'ਤੇ ਗੱਡੀ ਖੜ੍ਹੀ ਸੀ, ਸਬਜ਼ੀ ਲੈਣ ਲੱਗਿਆ, ਉਸ ਸਮੇਂ ਦੋ ਗੁੱਟ ਆਪਸ ਦੇ ਵਿੱਚ ਝਗੜਾ ਕਰਨ ਲੱਗੇ ਅਤੇ ਅਚਾਨਕ ਹੀ ਗੋਲੀਆਂ ਚੱਲ ਪਈਆਂ, ਭਗਦੜ ਮੱਚ ਗਈ। ਇਸੇ ਦੌਰਾਨ ਦੋਨੇ ਗੁੱਟ ਦੇ ਜਿਹੜੇ ਗੈਂਗਸਟਰ ਕਹਿ ਸਕਦੇ ਹੋ ਜਾਂ ਨੌਜਵਾਨ ਬਦਮਾਸ਼ ਕਹਿ ਸਕਦੇ ਹੋ, ਉਹ ਭੱਜ ਨਿਕਲੇ। ਪੀੜਿਤ ਮੁਲਾਜ਼ਮ ਦੇ ਬਿਆਨ ਦਰਜ ਕਰ ਲਏ ਗਏ ਨੇ, ਉਸ ਹਿਸਾਬ ਦੇ ਨਾਲ ਹੁਣ ਅੱਗੇ ਕਾਰਵਾਈ ਕੀਤੀ ਜਾਵੇਗੀ। ਤਾਂ ਵੱਡੀ ਖਬਰ ਹੈ, ਪੁਲਿਸ ਵਾਲੇ ਦੀ ਗੱਡੀ 'ਤੇ ਗੋਲੀਆਂ ਵੱਜੀਆਂ ਨੇ। ਵਪਾਰੀ ਨਹੀਂ ਪਤਾ, ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਸਾਈਡ 'ਤੇ ਪਾਰਕ ਕਰਕੇ ਫਰੂਟ ਲੈ ਕੇ ਆ ਕੇ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ 'ਤੇ। ਉੱਨੀ ਦੇਰ ਨੂੰ ਇੱਥੇ ਕੁਝ ਗੱਲ ਹੋਈ, ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ, ਬਹਿਸ ਤੋਂ ਬਾਅਦ ਯਕਦਮ 2-4 ਸੈਕਿੰਡ ਹੀ ਲੱਗੇ ਹੋਣੇ, ਇੱਧਰੋਂ 15 ਮੁੰਡੇ ਆ ਕੇ 12-13 ਇੱਧਰੋਂ ਬੋਤਲਾਂ ਡਾਂਗਾਂ ਸੋਟੇ ਚਲਾਉਣ ਲੱਗ ਗਏ, ਇੱਕ ਇੱਧਰੋਂ ਟੋਪੀ ਵਾਲਾ ਮੁੰਡਾ ਆਇਆ, ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ, ਉਹ ਮੈਂ ਡਰਾਈਵਰ ਸੀਟ 'ਤੇ ਬੈਠਾ, ਇੱਕ ਗੋਲੀ ਮੇਰੇ ਸ਼ੀਸ਼ ਦੇ ਵੱਜੀ ਆ ਗਈ। ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ ਚੱਲ ਰਹੀ ਹੈ ਜੀ, ਇਹਦੇ ਬਾਰੇ ਸੀਨੀਅਰ ਅਫਸਰ ਹੀ ਦੱਸ ਸਕਦੇ ਜੀ, ਮੈਂ ਤੁਸੀਂ ਪੰਜਾਬ ਪੁਲਿਸ ਦੇ ਮੁਲਾਜ਼ਮ ਜੇ। ਨਹੀਂ, ਆਪਣੇ ਬਾਕੀ ਗੱਲ ਜਿਹੜੀ ਇੰਸਪੈਕਟਰ ਸਾਹਿਬ ਦੱਸਣਗੇ, SHO ਸਾਹਿਬ ਦੱਸਣਗੇ, ਸਾਹਿਬ ਦੇ ਦੱਸਣਗੇ, ਪਰ ਜੇਕਰ ਜੋ ਮੇਰੇ ਨਾਲ ਆਇਆ ਮੈਂ ਤੁਹਾਨੂੰ ਦੱਸਦਾ ਜੀ। ਹਾਂਜੀ, ਡਿਊਟੀ ਕਿੱਥੇ ਆਪਣੀ? ਮੈਂ ਟਰੈਕ ਦੇ ਸਰ ਜੌਨ 3 ਦੇ ਵਿੱਚ। ਹਾਂਜੀ ਹਾਂਜੀ, ਤੇ ਇਹਨਾਂ ਬੰਦਿਆਂ ਦਾ ਪਤਾ ਲੱਗਣਾ ਚਾਹੀਦਾ ਹੈ? ਬਿਲਕੁਲ ਲਾਵਾਂਗੇ ਜੀ, ਅਸੀਂ ਨਾਲ ਇੰਸਪੈਕਟਰ ਸਾਹਿਬ ਦੇ ਨਾਲ ਲੱਗ ਕੇ ਪਤਾ ਲਾਵਾਂਗੇ। ਤੇ CCTV ਕੈਮਰੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਜੀ ਇੱਥੇ, ਉਹਨਾਂ ਦੇ ਹੁਣ ਵੇਖਾਂਗੇ ਇੰਸਪੈਕਟਰ ਸਾਹਿਬ ਆਏ ਚੈੱਕ ਕਰਦੇ ਜੀ। ਇਹ ਸੁਲਤਾਨ ਰੋਡ 'ਤੇ ਹੈ ਜੀ, ਹੁਣੇ ਇੱਥੋਂ ਮੈਸੇਜ ਮਿਲਿਆ ਸੀਗਾ, ਅਸੀਂ ਪਹੁੰਚੇ ਇੱਥੇ, ਸਾਰੀ ਚੀਜ਼ ਵੈਰੀਫਾਈ ਕਰ ਰਹੇ ਹਾਂ, ਅਤੇ ਇਨਫੋਰਮੇਸ਼ਨ ਇਹ ਮਿਲੀ ਹੈ ਵੀ ਇੱਥੇ ਕੋਈ ਦੋ ਪਾਰਟੀਆਂ ਆਪਸੀ ਲੜੀਆਂ ਅਤੇ ਸ਼ਾਇਦ ਗੋਲੀ ਵੀ ਚੱਲੀ ਹੈ। ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਗੱਡੀ ਦੇ ਵਿੱਚ? ਨਹੀਂ, ਗੱਡੀ ਵਾਲੇ ਨੂੰ ਪੁੱਛ ਰਹੇ ਜੀ, ਉੱਥੇ ਮੌਕੇ 'ਤੇ ਸੀਗਾ ਉਹ, ਉੱਥੇ ਤੋਂ ਸਾਰੀ ਗੱਲ ਵੈਰੀਫਾਈ ਕਰਦੇ ਹਾਂ। ਤਾਂ ਗੱਡੀ ਦੇ ਉੱਪਰ ਗੋਲੀ ਲੱਗੀ ਹੈ ਜੀ? ਹਾਂ, ਦੱਸ ਰਹੇ ਹਾਂ, ਮੈਂ ਜਾ ਕੇ ਚੈੱਕ ਕਰ ਰਿਹਾ। ਥੈਂਕ ਯੂ।